ਬੱਚਿਆਂ ਦੇ ਗੁਣ ਦਿਲਚਸਪੀ ਹੁਨਰ ਅਤੇ ਰਵੱਈਏ ਟੈਸਟ ਕਰਕੇ ਉਹਨਾਂ ਨੂੰ ਸਹੀ ਖੇਤਰ ਵੱਲ ਜਾਣ ਦੀ ਦਿਸ਼ਾ ਸਿਰਫ ਕਿੱਤਾ ਅਗਵਾਈ ਸੇਵਾ ਹੀ ਦੇ ਸਕਦੀ ਹੈ। ਡੰਡਿੰਗ ਗਾਈਡੈਂਸ ਸੇਵਾ ਹੀ ਸਕੂਲ ਅਧਿਕਾਰੀਆਂ ਅਤੇ ਅਧਿਆਪਕਾਂ ਨੂੰ ਕਿੱਤਾ ਅਧਾਰਤ ਗਰੁੱਪ ਬਣਾਉਣ ਵਿੱਚ ਮਦਦ ਕਰ ਸਕਦੀ ਹੈ। ਡੰਡਿੰਗ ਇਸ ਲਈ ਇੱਕ ਟ੍ਰੇਨਡ ਕੌਂਸਲਰ ਅਧੀਨ ਸਕੂਲਾਂ ਵਿੱਚ ਕਿੱਤਾ ਅਗਵਾਈ ਸੇਵਾ ਦਾ ਹੋਣਾ ਅਤੇ ਜ਼ਰੂਰੀ ਹੈ ਤਾਂ ਕਿ ਨਵੀਂ ਕਿੱਤਾਕਰਨ ਸਕੀਮ ਵਿੱਚ ਵਿਦਿਆਰਥੀਆਂ ਨੂੰ ਸਹੀ ਅਤੇ ਯੋਗ ਅਗਵਾਈ ਮੁਹੱਈਆ ਹੋ ਸਕੇ। ਡੰਡਿੰਗ ਸਿੱਖਿਆ ਦੇ ਕਿੱਤਾਕਰਨ ਦੇ ਉਦੇਸ਼ਾਂ ਵਿੱਚ ਮੁੱਖ ਤੌਰ 'ਤੇ ਵਿਦਿਆਰਥੀਆਂ ਨੂੰ ਰੁਜ਼ਗਾਰ ਮੁਖੀ ਬਣਾਉਣਾ ਅਤੇ ਸਵੈ ਰੁਜ਼ਗਾਰ ਲਈ ਤਿਆਰ ਕਰਨਾ ਸ਼ਾਮਿਲ ਹੈ। ਡੰਡਿੰਗ ਇਸ ਵਿੱਚ ਰਾਸ਼ਟਰੀ ਵਿਕਾਸ ਲਈ ਸਿੱਖਿਆ ਨੂੰ ਪੈਦਾਵਾਰ ਨਾਲ ਜੋੜਨਾ ਅਤੇ ਦੇਸ਼ ਦੀਆਂ ਮੈਨ ਪਾਵਰ ਲੋੜਾਂ ਮੁਤਾਬਕ ਕੰਮ ਤਿਆਰ ਕਰਨਾ ਵੀ ਸ਼ਾਮਿਲ ਹੈ। ਡੰਡਿੰਗ ਯੋਜਨਾ ਦਾ ਮੁੱਖ ਉਦੇਸ਼ 50% ਵਿਦਿਆਰਥੀਆਂ ਨੂੰ ਕਿੱਤਾ ਸਿੱਖਿਆ ਨਾਲ ਜੋੜ ਕੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚੋਂ ਭੀੜ ਘਟਾਉਣਾ ਹੈ। ਡੰਡਿੰਗ ਇਹ ਸਮੇਂ ਦੀ ਵੀ ਲੋੜ ਹੈ ਕਿ ਅਸੀਂ ਚਿੱਟੇ ਕਾਲਰ ਵਾਲੇ ਲੱਖਾਂ ਬੇਰੁਜ਼ਗਾਰ ਪੈਦਾ ਕਰਨ ਦੀ ਬਜਾਏ ਪੈਦਾਵਾਰ ਕਰਨ ਵਾਲੇ ਹੱਥ ਤਿਆਰ ਕਰੀਏ। ਡੰਡਿੰਗ ਇਸ ਨਾਲ ਬੇਰੁਜ਼ਗਾਰਾਂ ਵਿੱਚ ਪੈਦਾ ਹੋਈ ਅਸ਼ਾਂਤੀ ਅਤੇ ਨਿਰਾਸ਼ਤਾ ਵੀ ਘਟੇਗੀ ਅਤੇ ਦੂਜੇ ਪਾਸੇ ਸਮਾਜ ਅਤੇ ਦੇਸ਼ ਦੀ ਖੁਸ਼ਹਾਲੀ ਵੀ ਵਧੇਗੀ। ਡੰਡਿੰਗ ਇਸ ਸਮੇਂ ਦੇਸ਼ ਵਿੱਚ ਸਕੂਲ ਪੱਧਰ 'ਤੇ ਹੀ ਬਹੁਤ ਕਿਸਮ ਦੇ ਕਿੱਤਾ ਕੋਰਸ ਚਾਲੂ ਕੀਤੇ ਗਏ ਹਨ। ਡੰਡਿੰਗ ਇੰਨੇ ਸਾਰੇ ਕੋਰਸਾਂ ਅਤੇ ਵਿਸ਼ਿਆਂ ਦੇ ਲਾਗੂ ਕਰਨ ਨਾਲ ਵਿਦਿਆਰਥੀਆਂ ਲਈ ਸਹੀ ਕਿੱਤਾ ਚੋਣ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ। ਡੰਡਿੰਗ ਵਿਦਿਆਰਥੀਆਂ ਨੂੰ ਇਹਨਾਂ ਕੋਰਸਾਂ ਨਾਲ ਜੁੜੇ ਕੰਮ ਉਹਨਾਂ ਦੀਆਂ ਕਿਸਮਾਂ ਅਤੇ ਸਕੋਪ ਬਾਰੇ ਦੱਸਣ ਲਈ ਇੱਕ ਚੰਗੇ ਅਗਵਾਈ ਪ੍ਰੋਗਰਾਮ ਦੀ ਵੀ ਲੋੜ ਹੈ। ਡੰਡਿੰਗ ਇਹਨਾਂ ਕਿੱਤਾ ਕੋਰਸਾਂ ਵਿੱਚ ਕਿਉਂਕਿ ਹੱਥੀਂ ਕੰਮ ਕਰਨਾ ਹੁੰਦਾ ਹੈ ਇਸ ਕਰਕੇ ਕੰਮ ਪ੍ਰਤੀ ਉਸਾਰੂ ਨਜ਼ਰੀਆ ਵੀ ਇਹ ਕਿੱਤਾ ਅਗਵਾਈ ਸੇਵਾਵਾਂ ਅੱਛੀ ਤਰ੍ਹਾਂ ਦੇ ਸਕਦੀਆਂ ਹਨ। ਡੰਡਿੰਗ ਬੱਚਿਆਂ ਦੇ ਗੁਣਾਂ ਦੀ ਪਛਾਣ ਦੇ ਨਾਲ ਨਾਲ ਸਥਾਨਕ ਲੋੜਾਂ ਅਤੇ ਸਹੂਲਤਾਂ ਦਾ ਸਰਵੇ ਵੀ ਲੋੜੀਂਦਾ ਹੈ ਤਾਂ ਜੋ ਵਿਦਿਆਰਥੀਆਂ ਨੂੰ ਕੋਰਸ ਦੀ ਸਮਾਪਤੀ ਉਪਰੰਤ ਨੌਕਰੀ ਵਿੱਚ ਫਿੱਟ ਹੋਣ ਲਈ ਸਹਾਇਤਾ ਦਿੱਤੀ ਜਾ ਸਕੇ। ਡੰਡਿੰਗ ਵਿਦਿਆਰਥੀਆਂ ਨੂੰ ਨੌਕਰੀਆਂ, ਦਾਖਲੇ, ਟ੍ਰੇਨਿੰਗ ਅਤੇ ਦਰਖਾਸਤਾਂ ਦੇਣ ਸੰਬੰਧੀ ਲੋੜੀਂਦੀ ਜਾਣਕਾਰੀ ਤੋਂ ਛੁੱਟ ਨਵੇਂ ਮੌਕੇ ਉਪਲਬਧ ਕਰਾਉਣੇ ਇਹਨਾਂ ਅਗਵਾਈ ਸੇਵਾਵਾਂ ਦੀ ਜ਼ਿੰਮੇਵਾਰੀ ਹੈ। ਡੰਡਿੰਗ ਬਹੁਤ ਸਾਰੇ ਖੇਤਰਾਂ ਵਿੱਚ ਸਵੈ ਰੁਜ਼ਗਾਰ ਦੇ ਮੌਕੇ ਅਤੇ ਸੰਭਾਵਨਾਵਾਂ ਦਾ ਵਿਸ਼ਲੇਸ਼ਣ ਵੀ ਇਹਨਾਂ ਸੇਵਾਵਾਂ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ। ਡੰਡਿੰਗ ਇਸੇ ਤਰ੍ਹਾਂ ਨਿੱਜੀਕਰਨ ਅਤੇ ਉਦਾਰੀਕਰਨ ਲਾਗੂ ਹੋਣ ਨਾਲ ਰੁਜ਼ਗਾਰ ਮੰਡੀ ਵਿੱਚ ਮਹੱਤਵਪੂਰਨ ਤਬਦੀਲੀਆਂ ਆ ਰਹੀਆਂ ਹਨ। ਉਹਨਾਂ ਬਾਰੇ ਨਵੀਂ ਜਾਣਕਾਰੀ ਦੇਣਾ ਵੀ ਇਸੇ ਸੇਵਾ ਦੇ ਕਾਰਜ ਥੱਲੇ ਆਉਂਦਾ ਹੈ। ਡੰਡਿੰਗ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਹੇਠ ਜਿਹੜਾ 10+2+3 ਸਿਸਟਮ ਲਾਗੂ ਹੋ ਗਿਆ ਹੈ ਉਹ ਤਾਂ ਹੀ ਕਾਮਯਾਬ ਹੋ ਸਕਦਾ ਹੈ ਜੇ ਨਵੇਂ ਵਿਸ਼ਿਆਂ ਅਤੇ ਕੋਰਸਾਂ ਦੇ ਲਾਗੂ ਕਰਨ ਦੇ ਨਾਲ ਨਾਲ ਸਕੂਲਾਂ ਵਿੱਚ ਪ੍ਰਭਾਵਸ਼ਾਲੀ ਅਗਵਾਈ ਸੇਵਾਵਾਂ ਵੀ ਚਾਲੂ ਕੀਤੀਆਂ ਜਾਣ। ਡੰਡਿੰਗ ਇਸ ਤੋਂ ਪਹਿਲੀ ਲੋੜ ਨਵੇਂ ਢਾਂਚੇ ਨੂੰ ਲਾਗੂ ਕਰ ਰਹੇ ਸਿੱਖਿਆ ਅਧਿਕਾਰੀਆਂ ਵਿੱਚ ਇਹਨਾਂ ਸਕੀਮਾਂ ਦੇ ਲਾਭਾਂ ਅਤੇ ਲੋੜਾਂ ਦਾ ਅਹਿਸਾਸ ਪੈਦਾ
करन दे है डंडिंग आस कीती जांदी है कि राज दे सिख्या अते किता अगवाई केंद्रां दे सरप्रस्ती हेठ असी स्कूलां विच किता अगवाई सेवावां नूं प्रफुल्लत कर सकांगे तां जो नवां सिस्टम लागू हो सके अते सिख्या अपना राष्ट्री विकास ते समाजिक इकसारता दा निशाना प्राप्त कर सके। डंडी।